ਨਾਭਾ ਦੇ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਚੱਲ ਰਹੇ ਵੱਡੇ ਕਾਰਨਾਮੇ ਦਾ ਪੁਲਿਸ ਨੇ ਖੁਲਾਸਾ ਕੀਤਾ ਹੈ। ਦੋ ਜੇਲ੍ਹ ਵਾਰਡਨ ਕੈਦੀ ਮੁਕੰਦ ਖਾਂ ਤੇ ਹਾਰਡਕੋਰ ਗੈਂਗਸਟਰ ਨੀਟਾ ਦਿਓਰ ਤੇ ਉਸਦੇ ਸਾਥੀ ਗੈਂਗਸਟਰ ਪਰਵਿੰਦਰ ਟਾਈਗਰ ਦਾ ਅੱਜ ਪੁਲਿਸ ਰਿਮਾਂਡ ਖਤਮ ਹੋਣ ਤੇ ਪੁਲਿਸ ਵੱਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਅੱਗੇ ਹੋਰ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿੱਥੇ ਜੇਲ੍ਹ ਦੇ ਹੀ ਅੰਦਰ ਸਾਰੇ ਦੋਸ਼ੀਆਂ ਨੂੰ ਲੈ ਕੇ ਪਹੁੰਚੇ DSP ਵਰਿੰਦਰਜੀਤ ਸਿੰਘ ਖਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਅੰਦਰ ਖੁਲਾਸਾ ਹੋਇਆ ਸੀ ਤੇ ਇਹਨਾਂ ਦੋਸ਼ੀਆਂ ਜੇਲ੍ਹ ਵਾਰਡਨ ਵਰਿੰਦਰ ਕੁਮਾਰ ਤਰਨਦੀਪ ਸਿੰਘ, ਗੈਂਗਸਟਰ ਨੀਟਾ ਦਿਓਲ, ਉਸਦੇ ਸਾਥੀ ਪਰਵਿੰਦਰ ਟਾਈਗਰ ਤੇ ਕੈਦੀ ਮੁਕੰਦ ਖਾਂ ਦੀ ਨਿਸ਼ਾਨਦੇਹੀ ਤੇ ਅੱਜ 3 ਨਵੇਂ ਸਮਾਰਟ ਮੋਬਾਈਲ ਫੋਨ ਸਮੇਤ ਸਿਮ ਬਰਾਮਦ ਹੋਏ ਹਨ, ਜਿਸ ਨਾਲ ਕੁੱਲ 5 ਮੋਬਾਈਲ ਬਰਾਮਦ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਅੱਗੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜੇਲ੍ਹ ਵਾਰਡਨਰ ਸੀਗੇ ਜਿਹੜੇ, ਉਹਨਾਂ ਦੇ ਖਿਲਾਫ ਜਿਹੜਾ ਸੀਗਾ ਇਨੀਸ਼ੀਅਲੀ ਕਾਰਵਾਈ ਕਰਦੇ ਹੋਏ 2 ਮੋਬਾਈਲ ਰਿਕਵਰ ਕੀਤੇ ਗਏ ਸੀਗੇ, ਸਮਾਰਟਫੋਨ। ਅਤੇ ਜੇ ਤੋਂ ਅੱਗੇ ਖੁਲਾਸੇ ਇਹ ਹੋਏ ਕਿ ਇਹ ਇੱਕ ਨੈਕਸਿਸ ਹੈ ਜੇਲ੍ਹ ਦੇ ਵਿੱਚ, ਜਿਹਦੇ ਥਰੂ ਕਿ ਜਿਹੜੇ ਵਾਰਡਨਰ ਸੀਗੇ ਇਹ ਅੱਗੇ ਜਿਹੜੇ ਮੋਬਾਈਲ ਉਹ ਪ੍ਰੋਵਾਈਡ ਕਰਦੇ ਸੀਗੇ ਪੈਸੇ ਦੀ ਈਵਜ਼ 'ਚ। ਉਸ ਤੋਂ ਬਾਅਦ ਜਦੋਂ ਉਹਨਾਂ ਦੀ ਪੁੱਛਗਿੱਛ ਦੇ ਦੌਰਾਨ ਖੁਲਾਸੇ ਹੋਏ ਤਾਂ ਉਹਦੇ 'ਚ 3 ਹੋਰ ਵਿਅਕਤੀਆਂ ਦਾ ਨਾਮ ਸਾਹਮਣੇ ਆਇਆ ਜਿਨ੍ਹਾਂ ਨੂੰ ਮੋਬਾਈਲ ਸਪਲਾਈ ਹੋਏ ਜਾਂ ਜਿਨ੍ਹਾਂ ਦੇ ਥਰੂ ਮੋਬਾਈਲ ਸਪਲਾਈ ਹੋਏ। ਅਤੇ ਫਰਦਰ ਅਸੀਂ ਰਿਕਵਰੀਜ਼ ਕੀਤੀਆਂ ਨੇ। ਹੁਣ ਤੱਕ ਅਸੀਂ ਟੋਟਲ 5 ਮੋਬਾਈਲ ਅਤੇ ਸਿਮ ਕਾਰਡ ਜਿਹੜੇ ਹੈਗੇ ਆ ਉਹ ਰਿਕਵਰ ਕਰ ਚੁੱਕੇ ਹਾਂ। ਜਿੰਨੇ ਵੀ ਫੋਨ ਹੈ ਸਾਰੇ ਨਵੇਂ ਹੈ ਅਤੇ ਸਮਾਰਟ ਫੋਨ ਹੈ। ਹਾਂਜੀ, ਇਹ ਜਿਹੜਾ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਖੁਲਾਸਾ ਹੋਇਆ ਸੀਗਾ ਅਤੇ ਜਿਹਦੇ ਕਰਕੇ ਅਸੀਂ ਜੋ FIR ਹੈ ਉਹ ਕਰਪਸ਼ਨ ਐਕਟ ਦੇ ਅਧੀਨ ਜਿਹੜੀ ਅਸੀਂ ਲੌਜ ਕੀਤੀ ਸੀਗੀ PS ਸਦਰ ਨਾਭਾ ਦੇ ਵਿੱਚ। ਅਤੇ ਇਹ ਬਿਲਕੁਲ ਰਿਸ਼ਵਤ ਦੀ ਈਵਜ਼ ਦੇ ਵਿੱਚ ਹੀ ਜਿਹੜਾ ਸੀਗਾ ਸਾਰਾ ਨੈਕਸਸ ਬਣਿਆ ਹੋਇਆ ਸੀਗਾ। ਅਤੇ ਅੱਗੇ ਹੋਰ ਵੀ ਫਰਦਰ ਅਸੀਂ ਇਹਨਾਂ ਦਾ ਜਿਹੜਾ ਹੈਗਾ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਅੱਜ ਇਹਨਾਂ ਨੂੰ ਅਤੇ ਅੱਗੇ ਫਰਦਰ ਰਿਮਾਂਡ ਵਾਸਤੇ ਉਹਨਾਂ ਨੂੰ ਬੇਨਤੀ ਕਰਾਂਗੇ। ਅਤੇ ਜੇ ਅੱਗੇ ਕੋਈ ਹੋਰ ਖੁਲਾਸਾ ਹੁੰਦਾ ਤਾਂ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ। ਮੁਲਾਜ਼ਮਾਂ ਤੋਂ ਬਾਅਦ ਪਹਿਲਾਂ ਕੌਣ ਆਇਆ ਜੀ? ਦੇਖੋ, ਇਹ ਪੂਰਾ ਦਾ ਪੂਰਾ ਇੱਕ ਲੂਪ ਸੀਗਾ ਜਿਹਦੇ ਵਿੱਚ 2 ਵਾਰਡਨਰ ਸੀਗੇ ਇਹ, ਉਸ ਤੋਂ ਬਾਅਦ ਇੱਕ ਮੁਕੰਦ ਖਾਨ ਹੈ ਉਹਨਾਂ ਦਾ ਨਾਮ ਆਇਆ, ਫਿਰ 2 ਗੈਂਗਸਟਰ ਸੀਗੇ ਪਰਵਿੰਦਰ ਸਿੰਘ ਟਾਈਗਰ ਅਤੇ ਕੁਲਪ੍ਰੀਤ ਸਿੰਘ ਨੀਟਾ, ਫਿਰ ਇਹਨਾਂ ਦੋਵਾਂ ਦਾ ਨਾਮ ਆਇਆ ਔਰ ਜਿਨ੍ਹਾਂ ਤੋਂ ਅਸੀਂ ਰਿਕਵਰੀਜ਼ ਵੀ ਕਰਵਾਈਆਂ ਅੱਜ ਉਹਨਾਂ ਦੀ ਨਿਸ਼ਾਨਦੇਹੀ 'ਤੇ। ਮੋਬਾਈਲਾਂ ਤੋਂ ਬਿਨਾਂ ਹੋਰ ਕੋਈ ਗੈਰ ਕਾਨੂੰਨੀ ਸਮਾਨ? ਹਾਲੇ ਤੱਕ ਫਿਲਹਾਲ ਕੋਈ ਨਹੀਂ, ਪਰ ਜਿਵੇਂ ਅਸੀਂ ਅੱਗੇ ਰਿਮਾਂਡ ਵਾਸਤੇ ਮਾਣਯੋਗ ਅਦਾਲਤ ਨੂੰ ਬੇਨਤੀ ਕਰਾਂਗੇ, ਅੱਗੇ ਹੋਰ ਪੁੱਛਗਿੱਛ ਦੇ ਵਿੱਚ ਕੋਈ ਖੁਲਾਸੇ ਹੋਣਗੇ ਜਾਂ ਸਾਡੀ ਤਫਤੀਸ਼ ਦੇ ਵਿੱਚ ਕੋਈ ਖੁਲਾਸੇ ਹੋਣਗੇ ਤਾਂ ਉਹ ਵੀ ਅਸੀਂ ਤੁਹਾਨੂੰ ਦੱਸ ਦਾਂਗੇ। ਜਿਵੇਂ ਨਸ਼ਾ ਮਿਲਦਾ ਜੀ ਅੰਦਰ, ਉਹਦੇ ਬਾਰੇ ਕੋਈ ਖੁਲਾਸਾ ਹੋਇਆ? ਉਹ ਜੀ, ਤੁਸੀਂ ਜੇਲ੍ਹ ਪ੍ਰਸ਼ਾਸਨ ਤੋਂ ਉਸ ਬਾਰੇ ਜ਼ਿਆਦਾ ਪੁੱਛ ਸਕਦੇ ਹੋ, ਪਰ ਇਸ ਰਿਕਵਰੀ ਦੇ ਦੌਰਾਨ ਸਾਨੂੰ ਕੋਈ ਹਾਲੇ ਤੱਕ ਇੱਦਾਂ ਦੀ ਕੋਈ ਵਸਤੂ ਰਿਕਵਰ ਹੋਈ ਨੇ ਛੁਪਾ ਕੇ ਰੱਖੀ ਸੀ ਜਾਂ ਕਿਸੇ ਦੇ ਕਬਜ਼ੇ 'ਚ ਬਰਾਮਦ? ਇਹ ਜੀ ਵੱਖ ਵੱਖ ਹਾਲਾਤਾਂ ਦੇ ਵਿੱਚ ਸੀਗੇ, ਹੋਰ ਆਏ। ਅੱਗੇ ਫਰਦਰ ਇਹਨਾਂ ਦੀ ਪੁੱਛਗਿੱਛ 'ਚ ਜਿਹੜੇ ਅਸੀਂ 3 ਬੰਦੇ ਹੋਰ ਲੈਂਦੇ, ਇਹਨਾਂ ਤੋਂ ਵੀ ਅੱਗੇ ਹੋਰ ਗਹਿਰਾਈ ਨਾਲ ਪੁੱਛਗਿੱਛ ਕਰਾਂਗੇ, ਕਿਉਂਕਿ ਕੁਛ ਇਸ਼ੂ ਹੈ ਜਿਹੜੇ ਹੋਰ ਪੁੱਛਣ ਵਾਲੇ ਹੈ ਅਤੇ ਅਸੀਂ ਉਹ ਕਰਕੇ ਫਿਰ ਜੋ ਮੋਬਾਈਲਸ ਨੇ ਉਹਨਾਂ ਦੀ ਸਾਇੰਟੀਫਿਕ ਜਿਹੜੀ ਸਟੱਡੀ ਹੈ ਉਹ ਵੀ ਹਲੇ ਅਸੀਂ ਕਰ ਰਹੇ ਹਾਂ ਅਤੇ ਉਹ ਸਾਰਾ ਕੁਛ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਅੱਗੇ ਫਰਦਰ ਕੋਈ ਬੰਦਾ ਹੋਰ ਇਨਵੋਲਵ ਹੈ ਜਾਂ ਨਹੀਂ। ਉੱਚ ਅਧਿਕਾਰੀਆਂ ਦੇ ਵਿੱਚ ਆਉਣ ਦੀ ਕੋਈ ਆਸ ਸੀ? ਨਹੀਂ, ਹਲੇ ਇੱਦਾਂ ਦਾ ਕੋਈ ਖੁਲਾਸਾ ਨਹੀਂ। ਪਤਾ ਲੱਗੇ ਕਿੰਨਾ ਚਾਰਜ ਇਹ ਕਰਦੇ ਸੀ ਵਾਰਡਨ ਮੋਬਾਈਲ ਪਹੁੰਚਾਉਣ ਦੇ? ਫਿਲਹਾਲ ਤਾਂ ਜੀ ਅਸੀਂ ਇਹਦਾ ਕੋਈ ਟੈਂਟੇਟਿਵਲੀ ਵੀ ਤੁਹਾਨੂੰ ਅਸੀਂ ਨਹੀਂ ਦੱਸ ਸਕਦੇ, ਪਰ ਇਹੀ ਗੱਲਾਂ ਅਸੀਂ ਜਿਹੜੀਆਂ ਹੈਗੀਆਂ ਅੱਗੇ ਅਸੈਸ ਕਰਨੀ ਹੈ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।